ਉਹਨਾਂ ਵੱਲੋਂ ਜੇਲ੍ਹ ਦੇ ਵਿੱਚ ਜਿਹੜੀ ਆ ਦੁਬਾਰਾ ਫਿਰ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਉਸ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਜ਼ਿਲ੍ਹਾ ਪੁਲਿਸ? ਦੇਖੋ ਜੀ, ਇਹ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਹਮੇਸ਼ਾ ਜੇਲ੍ਹ ਐਡਮਿਨਿਸਟ੍ਰੇਸ਼ਨ ਦੇ ਨਾਲ ਸੰਪਰਕ ਵਿੱਚ ਹੈ। ਪਹਿਲਾਂ ਵੀ ਆਪਾਂ ਡੀ ਸੀ ਸਾਹਿਬ ਅਤੇ ਮੇਰੇ ਵੱਲੋਂ ਟੀਮ ਜਿਹੜੀ ਹੈਗੀ ਗਈ ਸੀ, ਆਪਾਂ ਨੈਗੋਸ਼ੀਏਸ਼ਨਸ ਕਰਕੇ ਹੜਤਾਲ ਨੂੰ ਖਤਮ ਕਰਵਾਇਆ ਸੀਗਾ। ਲਗਾਤਾਰ ਸਾਡੇ ਜਿਹੜੇ ਉਪਰਾਲੇ ਹਜੇ ਵੀ ਜਾਰੀ ਹੈਗੇ ਨੇ। ਕੱਲ੍ਹ ਇੱਕ ਗੈਂਗਸਟਰ ਦੀ ਥੋੜ੍ਹੀ ਤਬੀਅਤ ਖਰਾਬ ਹੋਈ ਸੀਗੀ ਅਤੇ ਰਾਤ ਨੂੰ ਉਹਨੂੰ ਐਡਮਿਟ ਕਰਾਇਆ ਗਿਆ ਹੈਗਾ ਔਰ ਉਹ ਜ਼ੇਰੇ ਇਲਾਜ ਹੈਗਾ, ਹੀ ਇਜ਼ ਆਊਟ ਆਫ ਡੇਂਜਰ। ਬਾਕੀ ਲਗਾਤਾਰ ਨੈਗੋਸ਼ੀਏਸ਼ਨ ਸਾਡੀ ਜਾਰੀ ਹੈਗੀ ਨੇ ਤਾਂ ਜੋ ਇਹਨਾਂ ਦੀ ਜਿਹੜੀ ਭੁੱਖ ਹੜਤਾਲ ਹੈਗੀ ਹੈ ਜੋ ਨਜਾਇਜ਼ ਹੈ ਐਜ਼ ਪਰ ਰੂਲਸ, ਉਹਨੂੰ ਖਤਮ ਕਰਾਇਆ ਜਾ ਸਕੇ। ਉੱਥੇ ਨਾਲ ਹੀ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਇਹ ਵੀ ਕਿਹਾ ਹੈਗਾ ਕਿ ਜਿਹੜੀ ਤੁਹਾਡੀ ਜੈਨੂਇਨ ਡਿਮਾਂਡਸ ਹੈਗੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ, ਲੇਕਿਨ ਇਟ ਟੇਕਸ ਟਾਈਮ। ਅਤੇ ਇਹਨਾਂ ਨੂੰ ਮੈਂ ਰਿਕੁਐਸਟ ਵੀ ਕਰੂੰਗਾ ਕਿ ਤੁਸੀਂ ਆਪਣੀ ਜਿਹੜੀ ਹੜਤਾਲ ਹੈ ਉਹ ਖਤਮ ਕਰੋ ਔਰ ਜੋ ਐਜ਼ ਪਰ ਰੂਲਸ ਹੈਗਾ ਉਸ ਰੂਲਸ ਦੇ ਮੁਤਾਬਿਕ ਆਪਾਂ ਚੱਲੀਏ।